ਲਈ। ਥੈਂਕ ਯੂ। ਖਸਮਾਂ ਵਾਲੀਆਂ ਕਰਨ ਸ਼ਿੰਗਾਰ ਲੋਕੋ, ਤੇ ਬੇਖਸਮੀਆਂ ਬੁੱਝੀਆਂ ਫਿਰਨ ਲੱਖਾਂ। ਨਾ ਅੱਖ ਲੱਗਦੀ ਤੇ ਨਾ ਦਿਲ ਲੱਗਦਾ, ਜਦ ਇੱਕ ਵਾਰੀ ਲੱਗ ਜਾਣ ਅੱਖਾਂ। ਸਵਾਦੀ ਪਿਆਰਾ ਕਲਾਮ ਤੁਹਾਡੀ ਨਜ਼ਰ ਆਓ। ਹੈਲੋ, ਥੈਂਕ ਯੂ ਮਾਤਾ ਜੀ। ਥੈਂਕ ਯੂ, ਬਹੁਤ ਸਾਰਾ ਮਾਣ ਸਤਿਕਾਰ ਪਿਆਰ। ਥੈਂਕ ਯੂ ਵੀਰੇ। ਪ੍ਰੀਤ ਸਿੰਘ ਜੀ, ਪ੍ਰੀਤ ਸਿੰਘ ਜੀ ਸਾਈਂ ਜੀ ਨਾਲ ਨੇ, ਬਹੁਤ ਸਾਰਾ ਆਸ਼ੀਰਵਾਦ ਸਾਈਂ ਜੀ ਵੱਲੋਂ। ਥੈਂਕ ਯੂ। ਔਰ ਸਾਡਾ ਬਾਪੂ, ਮੇਰੇ ਡੈਡੀ ਜੀ, ਸਾਡੇ ਮਾਸੜ ਜੀ, ਥੈਂਕ ਯੂ। ਸੋ ਮਾਂ ਬੋਲੀ ਤਾਂ ਇਹੀ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੁੰਦੀ ਆ। ਸੋ ਇਹਨਾਂ ਦੀ ਖੁਸ਼ੀ ਅੱਜ ਦੇਖਣ ਵਾਲੀ ਸੀ, ਅਤੇ ਮੈਨੂੰ ਮਾਣ ਹੈ ਕਿ ਸਾਡੇ ਬੱਚੇ ਅੱਜ ਇੱਥੇ ਪਰਫੋਰਮ ਕਰਨ ਆ ਰਹੇ ਆ।
ਸੋ ਮੇਰੇ ਨਾਲ ਆਸ਼ੀਰਵਾਦ ਸਾਡੇ ਮਾਂ ਪਿਓ ਦਾ ਹਮੇਸ਼ਾ ਹੀ ਆ ਜੀ, ਜਿਸ ਕਰਕੇ ਅਸੀਂ ਤੁਹਾਡੇ ਸਾਹਮਣੇ ਹਾਂ। ਥੈਂਕ ਯੂ। ਸੋਹਣੀ ਨੱਚਦੀ ਕੱਚੇ ਗੜੇ ਤੇ ਤਰ ਕੇ, ਇੱਕ ਸੱਸੀ ਨੱਚਦੀ ਥਲਾਂ ਦੇ ਵਿੱਚ ਸੜ ਕੇ, ਖੀਰ ਗੱਟੀ ਨੱਚਦੀ ਏ, ਖੀਰ ਗੱਟੀ ਨੱਚਦੀ ਏ, ਖੀਰ ਗੱਟੀ ਨੱਚਦੀ ਏ, ਖੀਰ ਗੱਟੀ ਨੱਚਦੀ ਏ, ਹੱਦ ਹੋ ਗਈ ਲੋਹਰ ਦੀ, ਅੱਜ ਵੀ ਵਿਖਾਵਾਂ ਸਈਆ, ਓਏ ਅੱਜ ਵੀ ਵਿਖਾਵਾਂ ਸਈਆ ਜਿੱਦਾਂ ਮਹਿਬੂਬ ਨਾਲ ਮੁਹੱਬਤ ਤਾਂ ਮੁਹੱਬਤ ਹੈ, ਸੱਚੇ ਦਿਲੋਂ ਹੋਣੀ ਚਾਹੀਦੀ ਹੈ ਕਿਤੇ ਵੀ ਹੋਵੇ। ਕੋਈ ਚੀਰੇ ਪਰਬਤ ਨੂੰ ਕੋਈ ਵਿਕਦਾ ਸ਼ਰੇ ਬਜ਼ਾਰੀ, ਸਭ ਤੋਂ ਸੱਚੀ ਮੁਹੱਬਤ ਪਤਾ ਕਿਹੜੀ ਹੈ, ਕਿਹੜੀ ਹੈ ਸੱਚੀ ਮੁਹੱਬਤ, ਕੋਈ ਦੇ ਸਕਦਾ ਜਵਾਬ ਮੈਨੂੰ? ਵੈਸੇ ਮੈਂ ਕਦੇ ਪੁੱਛਿਆ ਨਹੀਂ, ਅੱਜ ਪਹਿਲੀ ਵਾਰੀ ਪੁੱਛਣ ਲੱਗੀ ਹਾਂ, ਸੱਚੀ ਮੁਹੱਬਤ ਕਿਹੜੀ ਹੈ ਤੇ ਕੌਣ ਕਿਹਨੂੰ ਕਰਦਾ, ਹੈਗਾ ਕੋਈ ਜਵਾਬ? ਏਦਾਂ ਕਰ ਦੋ ਜੇ ਨਹੀਂ ਹੈਗਾ ਤਾਂ, ਆ ਜਾਓ ਦੱਸੋ ਮੈਨੂੰ, ਇੱਥੇ ਹੀ ਦੱਸ ਦੋ, ਇੱਕ ਮਿੰਟ। ਹਾਂਜੀ, ਸੱਚੀ ਮੁਹੱਬਤ ਕਿਹੜੀ ਹੈ? ਮਾਪੇ, ਠੀਕ ਹੈ, ਇਹ ਵੀ ਸਹੀ ਹੈ, ਇਹ ਤੂੰ ਵੀ ਗਾਂ ਦੀ ਗੱਲ। ਜੀਵਨ ਸਾਥੀ, ਇਹ ਵੀ ਚੰਗੀ ਗੱਲ ਹੈ, ਚਲੋ ਜੀਵਨ ਸਾਥੀ ਵੀ ਪਿਆਰਾ ਹੋਣਾ ਚਾਹੀਦਾ ਜਿਹਦੇ ਨਾਲ ਜ਼ਿੰਦਗੀ ਕੱਢਣੀ ਆ। ਸਹੀ ਗੱਲ। ਪਰ ਸਾਥ ਤਾਂ ਉੱਥੇ ਵੀ ਪਤਾ ਨਹੀਂ ਕਿੱਥੇ ਡੋਰਾਂ ਛੱਟ ਜਾਂਦੀਆਂ ਨੇ ਜੀ। ਤੁਹਾਡੇ ਆਂਸਰ ਠੀਕ ਹੈ, ਚੰਗੀ ਗੱਲ ਆ, ਮਾਪੇ ਵੀ ਪਿਆਰੇ ਹੁੰਦੇ ਆ, ਜੀਵਨ ਸਾਥੀ ਵੀ ਪਿਆਰਾ ਹੁੰਦਾ, ਪਰ ਸੱਚੀ ਮੁਹੱਬਤ ਕਿਹੜੀ ਆ? ਗੁਰੂ ਨਾਲ, ਗੁਰੂ ਨਾਲ, ਉਹ ਵੀ ਮੁਹੱਬਤ ਸੱਚੀ ਹੈ। ਬਿਲਕੁਲ ਜੀ, ਬਿਲਕੁਲ, ਉਹੀ ਮੈਂ ਕਿਹਾ, ਮੁਹੱਬਤ ਬੜੇ ਤਰ੍ਹਾਂ ਦੀ ਹੈ, ਔਰ ਜਿੱਥੇ ਮੁਹੱਬਤ ਜਿਹੜੀ ਤੁਸੀਂ ਦਿਲੋਂ ਕਬੂਲ ਲਈ, ਚਾਹੇ ਮਾਪੇ, ਚਾਹੇ ਬੀਵੀ ਤੇ ਚਾਹੇ ਗੁਰੂ, ਉਹ ਤਾਂ ਸੱਚੀ ਹੈਗੀ ਹੋਈ ਆ, ਪਰ ਅਸਲ ਸੱਚੀ ਮੁਹੱਬਤ ਉਹ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਕਰਦੇ ਹੋ। ਤੁਸੀਂ ਆਪਣੇ ਆਪ ਨੂੰ ਮੁਹੱਬਤ ਕਰੋਗੇ ਤਾਂ ਤੁਸੀਂ ਕਿਸੇ ਨੂੰ ਮੁਹੱਬਤ ਦੇ ਸਕਦੇ ਹੋ, ਔਰ ਇਹ ਮੁਹੱਬਤ ਜਿੰਨਾ ਚਿਰ ਸਾਹ ਨੇ ਉਨਾ ਚਿਰ ਨਿਭਣੀ ਆ, ਜਿਹੜੇ ਨਾਲ ਨੇ ਉਹਨਾਂ ਦਾ ਪਤਾ ਨਹੀਂ ਕਿੱਥੇ ਸਾਹ ਛੱਡ ਜਾਣਾ, ਤੇ ਇਹ ਜਿਹੜੀ ਮੁਹੱਬਤ ਹੈ ਜਿੰਨਾ ਚਿਰ ਤੁਹਾਡੇ ਸਾਹ ਚੱਲਦੇ ਨੇ ਉਹਨਾਂ ਚਿਰ ਤੁਹਾਡੇ ਨਾਲ ਹੈ, ਉਹਨਾਂ ਚਿਰ ਹੀ ਤੁਸੀਂ ਕਿਸੇ ਨੂੰ ਮੁਹੱਬਤ ਦੇ ਸਕਦੇ। ਇਹ ਦੁਨੀਆ ਕਰਮ ਜੀਤ ਵਸਦੇ ਉਜਾੜਦੀ, ਕਹਿੰਦੇ ਕਿਸੇ ਦੀ ਖੁਸ਼ੀ ਨੂੰ ਵੇਖ ਕੇ ਕੋਈ ਵੀ ਖੁਸ਼ ਨਹੀਂ ਹੁੰਦਾ, ਆਪਣੇ ਖੂਨ ਸਫੇਦ ਹੋ ਚੁੱਕੇ ਨੇ, ਕੋਈ ਆਪਣਾ ਸਗਾ ਵੀ ਖੁਸ਼ੀ ਨੂੰ ਵੇਖ ਕੇ ਰਾਜ਼ੀ ਨਹੀਂ ਹੁੰਦਾ, ਗਵਾਂਢੀ ਨਹੀਂ ਰਾਜ਼ੀ ਹੁੰਦੇ। ਇਹ ਦੁਨੀਆ ਕਰਮ ਜੀਤ ਵਸਦੇ ਉਜਾੜਦੀ, ਵੇ ਯਾਰ ਵਾਲੇ ਕਰਦੇ ਨੇ ਗੱਲ ਸਦਾ ਯਾਰ ਦੀ,
ਅੰਦਰ ਵਸਦਾ ਹਾਂ ਇੱਥੇ ਵਸਦਾ ਉਹ ਤੇ ਬਿਨਾ ਕਰ ਦੇਣਾ ਮੌਲਾ ਬਿਨਾ ਕਰ ਦੇਣਾ ਅੱਲਾ ਬਿਨਾ ਕਰ ਦੇਣਾ ਗੱਲ ਕਿਸੇ ਹੋਰ ਦੀ ਆ ਜੋ ਨਹੀਂ ਵਿਖਾਵਾਂ ਸਹੀ ਸ਼ਰੇ ਬਜ਼ਾਰੀ ਕਿਸੇ ਵੰਜਲੀ ਵਾਲੇ ਨੇ ਵੰਜਲੀ ਵਾਲਾ ਕਿਸੇ ਵੰਜਲੀ ਵਾਲੇ ਨੇ ਬੇਲੀਆਂ ਦੇ ਵਿੱਚ ਚੋਗ ਖਿਲਾਰੀ ਕੋਈ ਚੀਰੇ ਪਰਬਤ ਨੂੰ ਕੋਈ ਵਿਕਦਾ ਸ਼ਰੇ ਬਜ਼ਾਰੀ ਕੋਈ ਚੀਰੇ ਪਰਬਤ ਨੂੰ ਕੋਈ ਵਿਕਦਾ ਸ਼ਰੇ ਬਜ਼ਾਰੀ ਕਿਸੇ ਵੰਜਲੀ ਵਾਲੇ ਨੇ ਬੇਲੀਆਂ ਦੇ ਵਿੱਚ ਚੋਗ ਖਿਲਾਰੀ 12 ਸਾਲ ਮਤੀਆਂ ਚੜਾਈਆਂ ਹੀਰ ਤਾਂ ਵੀ ਨਹੀਂ ਮਿਲੀ ਇਹ ਉਹ ਮੁਹੱਬਤਾਂ ਸੀ ਜਿਹੜੀਆਂ ਨਾ ਮਿਲ ਕੇ ਵੀ ਪਾ ਕੇ ਮਿਲੀਆਂ ਨਹੀਂ ਤਾਂ ਹੀ ਜਿੱਥੇ ਮਿਲ ਜਾਵੇ ਉੱਥੇ ਤਾਂ ਕਦਰ ਜ਼ੀਰੋ ਹੋ ਜਾਂਦੀ ਹੈ ਜਿੱਥੇ ਜਿੱਥੇ ਮੁਹੱਬਤ ਨਹੀਂ ਮਿਲੀ ਉਹੀ ਮੁਕੰਮਲ ਹੁੰਦੀ ਹੈ ਕੋਈ ਚੀਰੇ ਪਰਬਤ ਨੂੰ ਕੋਈ ਵਿਕਦਾ ਸ਼ਰੇ ਬਜ਼ਾਰੀ ਕਿਸੇ ਵੰਜਲੀ ਵਾਲੇ ਨੇ ਬੇਲੀਆਂ ਦੇ ਵਿੱਚ ਰੋਗ ਕੋਈ ਚੀਰੇ ਪਰਬਤ ਨੂੰ ਕੋਈ ਵਿਕਦਾ ਸ਼ਰੇ ਬਜ਼ਾਰੀ ਕਿਸੇ ਵੰਜਲੀ ਵਾਲੇ ਨੇ ਬੇਲੀਆਂ ਦੇ ਵਿੱਚ ਰੋਗ ਮੱਛੀਆਂ ਚੁਰਾਵੇ ਦੀ ਦੋ ਸਾਰੀ ਕਮੇਟੀ ਵੱਲੋਂ ਥੈਂਕ ਯੂ।